सलवात पढ़ना अजीम इबादत है, इबादत नो इबादत समझते हैं। हाँ, मिल के सलवात पढ़िए। अल्लाहुम्मा सल्ली अला मुहम्मद व आल मुहम्मद। नारे तकबीर, अल्लाहु अकबर। इंज नहीं, खालिक अकबर का नाम काफ़ी बुलंद है, बुलंद आवाज़ न चाहे करो। नारे तकबीर, अल्लाहु अकबर। नारे रिसालत या रसूलल्लाह, नारे रिसालत या रसूलल्लाह, नारे हैदरी या अली या अली या तरीकनी फीस वल, नारे हैदरी या अली या अली या तरीकनी फीस। أعوذ بالله من الشيطان الرجيم، بسم الله الرحمن الرحيم. الحمد لله رب العالمين، والعاقبة للمتقين، وجنة للمؤمنين. قرآن دي ابتدا تے بلند صلوات، اللهم صل على محمد. الصلاه والسلام على من كان نبيا وادم بين الماء والطين، سيد سكلاين الشمس المشرق عين والمغرب عين، وجد الحسن والحسين ابل کاو سم محمد نے المصطفیٰ بلند صلوات، اللهم صل على محمد وعلى محمد. السلام و سلام على سيدا دل و جلیلا دل، مخدومان دل محرومان دل، انا کے میرا زیبیا آ سید دل سائل عالمین، حسین دی عظمت دیکھا بند کر کے بلند صلوات، اللهم صل علی محمد و آل محمد. سب تو پہلا دعائے کے بانیاں ہندی صفحہ ماتم خرچہ اکشارات پڑھنا لین دی فضیل و مصحب، ਮੈਂ ਕਈ ਦਿਨ ਉਕਰੀ ਮਾਲਿਕ ਆਪਣੇ ਦਰਬਾਰ ਵਿੱਚ ਕਬੂਲ ਫਰਮਾਏ। ਕਾਫੀ ਅਸਾਦਾਰ ਤਸ਼ਰੀਫ ਫਰਮਾਓ। ਰਿਸ਼ੇ ਮਾਸੂਮ ਦਾ ਫਰਮਾਨ ਹੈ, ਜਿਹੜੀ ਦਵਾ ਬੰਦੇ ਦੀ ਨਮਾਜ਼ ਵਿੱਚ ਕਬੂਲ ਨਹੀਂ ਹੁੰਦੀ ਉਹ ਸਾਡੇ ਜ਼ਿਕਰ ਵਿੱਚ ਬਹਿ ਕੇ ਆਮੀਨ ਆਖੇ, ਦਵਾ ਮੰਗੇ। ਮਾਲਕ ਆਉਂਦੇ ਉਹਦੇ ਮੰਗਣ ਵਿੱਚ ਡੇਲੇ, ਸਾਡੇ ਸਹਿਤਾਂ ਦੇ ਅਤਾ ਕਰਨ ਵਿੱਚ ਡੇਲੇ। ਅਤੇ ਕਾਫੀ ਅਸਾਦਾਰ ਤਸ਼ਰੀਫ ਫਰਮਾਓ, ਆਮੀਨ ਸਾਰੇ ਬੰਦੇ ਆਖੇ ਕਰੋ। ਮੇਰਾ ਕਰੀਮ ਅੱਲਾ ਜੋ ਬਿਮਾਰ ਹੈ ਵਾਸਤੇ ਬਿਮਾਰੀ ਆਬਦ ਦਾ ਉਹਨਾਂ ਨੂੰ ਸ਼ਫਾਏ ਕੁਲੀ ਅਤਾ ਫਰਮਾ। ਮੇਰਾ ਕਰੀਮ ਅੱਲਾ ਜੋ ਬੇਅਲਾ ਦੇ ਸੈਨ ਰਬਾਬ ਦੇ ਪਾਕ ਖਾਲੀ ਚੋਲੀ ਦਾ ਮਾਲਿਕ ਉਹਨਾਂ ਨੂੰ ਨੇਕ ਵਾਲਾ ਦੇ ਨਰੇ ਅਤਾ ਫਰਮਾ। ਮੇਰਾ ਕਰੀਮ ਅੱਲਾ ਜਿਤਨੇ ਵੀ ਅਸਾਦਾਰ ਮੋਮਿਨੀਨ ਮੋਮਿਨਾਤ ਇਸ ਪਾਕ ਮੁਕੱਦਸ ਮਕਾਮ 'ਤੇ ਟੋਰਾ ਹੈ, ਮਾਲਿਕ ਉਹਨਾਂ ਦਾ ਟੋਰਾਇਆ ਆਪਣੇ ਦਰਬਾਰ 'ਚ ਇਬਾਦਤ ਸ਼ਮਾਰ ਫਰਮਾ। ਮਾਲਿਕ ਇੱਕ ਇੱਕ ਕਦਮ 'ਤੇ ਇਹਨਾਂ ਦੇ ਕਬੀਰਾ ਉਹ ਸਗੀਰਾ ਕੋ ਨਾਮ ਮਾਫ ਫਰਮਾ। ਲੱਖਾਂ ਦੀ ਕਦਵਾ ਮੇਰਾ ਕਰੀਮ ਅੱਲਾ ਸਾਡੇ ਹਕੀਕੀ ਵਾਰਸ ਉੱਚ ਤੇ ਖੁਦਾ ਦਾ ਜ਼ਹੂਰ ਚਲ ਫਰਮਾ। ਸਲਵਾਤ ਪੜ੍ਹੀਏ ਮੁਹੰਮਦ ਵਾਲ ਮੁਹੰਮਦ ਦੇ ਜ਼ਾਤ। ਪਾਤਸ਼ਾਹ ਸ਼ਰੀਫੋ ਕੋਈ ਫਸਲ ਨਹੀਂ, ਸੈਯਦਜ਼ਾਦਾ ਤਸ਼ਰੀਫ ਫਰਮਾਏ ਉਹਨਾਂ ਦੀ ਮੌਜੂਦਗੀ ਵਿੱਚ, ਨਾ ਮੇਰੀ ਹੈਸੀਅਤ ਹੈ ਕਿ ਮੈਂ ਉਹਨਾਂ ਨੂੰ ਜ਼ਿਆਦਾ ਤੇਰੇ ਇੰਤਜ਼ਾਰ ਕਰਾਵਾਂ, ਕਿਉਂ ਮੈਂ ਉਹਨਾਂ ਦੀ ਬਾਨੀ ਦਾ ਪੁੱਤਰ ਹਾਂ, ਉਹ ਸੈਯਦ ਹੈ। ਪਹਿਲਾ ਜੁਮਲਾ ਮਸਾਹਿਬ ਦਾ ਵਤਨ ਵਾਲੇ ਉਹ ਕਦਰਦਾਨੋ ਜਿਹੜੇ ਸਨੀਅਤ ਟੁਰਾਏ ਕਿ ਵੰਝ ਕਿਉਂ ਮੁਸਾਫਰ ਸ਼ਾਮ ਨੂੰ ਪੁਰਸਾ ਦਿੱਤੀ ਆਵੀਏ, ਲੇਕਿਨ ਰੱਜ ਕੇ ਵਿਰਾਵਾਂ ਦੀ ਲਾਸ਼ 'ਤੇ ਰੋਵਣ ਨਹੀਂ ਦਿੱਤਾ। ਮੈਂ ਲੱਖ ਦਫਾ ਮੈਂ ਕੋਈ ਥੱਕਦਾ ਪਿਆ ਤੇਰੀ ਮੁਹੱਬਤ ਨੂੰ ਡੇਕ ਕੇ ਬਿਆ ਜੁਮਲਾ 'ਚ ਆਖਾਂ। ਅਕਸਰ ਮੈਂ ਮਜਲਿਸ 'ਚ ਆਉਂਦਾ ਰਹਿੰਦਾ, ਇਨਸਾਫ ਨਾਲ ਦੱਸੋ ਅੱਜ ਜਿਹੜਾ ਇੱਕ ਵਿਰਾਹ ਕੋਈ ਘਰ ਮੌਤ ਤੋਂ ਖਾਲੀ ਨਹੀਂ ਛੱਡੀ, ਹਰ ਘਰ ਮੌਤ ਡਿੱਠੀ ਹੈ। ਇਨਸਾਫ ਦੇ ਨਾਲ ਦੱਸੋ ਕੈਂ ਭੈਣ ਦਾ ਅੱਲਾ ਨਾ ਕਰਿਆ ਜਵਾਨ ਵੀਰਾ ਮਰ ਵੰਜੇ। ਮਾਤਮੀਓ ਕਦਰਦਾਨੋ ਭੈਣ ਦਾ ਵੈਨ ਭੈਣ ਦੇ ਨਾਲ ਨਹੀਂ ਰਲਦਾ, ਵੀਰਾ ਦਾ ਵੈਨ ਵੀਰਾ ਦੇ ਨਾਲ ਨਹੀਂ ਰਲਦਾ। ਤਾਂ ਲੋਕ ਇਤਰਾਜ਼ ਕਰਿੰਦੇ ਜੋ ਸ਼ੀਆ ਰੋਂਦੇ ਨੇ ਇੰਝ ਕਿਉਂ ਨਹੀਂ ਆਉਂਦੇ, ਮਰ ਕਿਉਂ ਨਹੀਂ ਵਹਿੰਦੇ, ਨਾਰੋ ਵੀ ਆ।
ਚਾਚਾ ਜੀ ਜੈ ਬਹਿਣ ਦਾ ਫਿਰਾ ਮਰਵਣ ਜੇ ਉਹ ਰਿਸ਼ਤਾਦਾਰ ਤਸੱਲੀਆਂ ਦਿੰਦੇ ਨੇ। ਬੜਾ ਲਾਲ ਚੁੱਪ ਕਰ, ਹੌਸਲਾ ਕਰ, ਅੱਲਾਹ ਦਾ ਮਰੇ ਮਰਵਣ ਜਾ ਜੁਮਲਾ ਮੈਂ ਨਾ ਪੜਾਂ ਹਾਂ। ਕਦਰਦਾਨੋ ਮੈਂਬਰ ਹੈ ਰਸੂਲ ਦੀ ਕਸਮ ਹੈ, ਜਿਹਦੇ ਘਰ 'ਚ ਇੱਕ ਨਹੀਂ 72 ਜਨਾਜ਼ਾ ਹੈ, ਰੋ ਰੋ ਆਦੀ ਹੈ ਮੇਰੇ ਕੋ ਬਿਰਾ ਦੀ ਲਾਸ਼ 'ਤੇ ਤਰਾਜ ਕੇ ਰੋਵਣ ਦੇ। ਮੈਂ ਨੌਕਰਾਂ ਬਿਸਮਿਲ੍ਲਾ, ਰੋਵਣ ਕਹਿ ਨਹੀਂ ਦਿੱਤਾ। ਚੱਲ ਤੇਰੀ ਮੁਹੱਬਤ ਨੂੰ ਡੇ ਕੇ ਬਿਆ ਜੁਮਲਾ ਚਾਖਾਂ, ਮਕਤਲ ਦੀਆਂ ਕਿਤਾਬਾਂ 'ਚ ਮਿਲਦਾ ਹੈ, ਕਰਬਲਾ ਤੋਂ ਲੈ ਕੇ ਸ਼ਾਮ ਦੇ ਜ਼ਿੰਦਾਨ ਤੱਕ। ਮੁਸਲਮਾਨਾ ਉਤਨਾ ਅਲੀ ਦੀਆਂ ਪੁੱਤਰਾਂ ਕੋ ਨਹੀਂ ਮਾਰਾ ਜਿਤਨਾ ਅਲੀ ਦੀਆਂ ਧੀਆਂ ਕੋ ਮਾਰਾ। ਮੈਂ ਨੌਕਰਾਂ ਬਿਸਮਿਲ੍ਲਾ ਕਰਾਂ, ਬਿਆ ਜੁਮਲਾ ਚਾਖਾਂ ਸੈਯਦ ਜ਼ਾਦੇ ਕੋ ਮਿੰਬਰ ਦੇਵਾਂ, ਕਰਬਲਾ ਤੋਂ ਲੈ ਕੇ ਸ਼ਾਮ ਦੇ ਜ਼ਿੰਦਾਨ ਤੱਕ। ਮੁਸਲਮਾਨਾ ਉਤਨਾ ਅਲੀ ਦੀਆਂ ਪੁੱਤਰਾਂ ਕੋ ਨਹੀਂ ਮਾਰਾ ਜਿਤਨਾ ਹੁਸੈਨ ਦੀ ਧੀ ਕੋ ਮਾਰਾ। ਮਕਤਲ ਦੀਆਂ ਕਿਤਾਬਾਂ 'ਚ ਮਿਲਦਾ ਹੈ, ਜਿੱਥਾਂ ਕਮੀਨੇ ਦਾ ਦਿਲ ਆਖਿਆ ਨਾ ਸਫ਼ਰ 'ਚ, ਉੱਥਾਂ ਹੀ ਅਲੀ ਦੀ ਹੁਸੈਨ ਦੀ ਧੀ 'ਤੇ ਜ਼ੁਲਮ ਕਰਿਆ। ਸਿਪਾਹੀ ਮੋਢਾ ਹਿਲਾ ਕੇ ਆਉਂਦਾ, ਕਿਉਂ ਮਰੇ ਨਾ ਏ ਬਾਲੇ ਬੱਚੀ, ਏ ਮਰਵੇ ਸੀ ਜ਼ਾਲਿਮਾਂ ਦਾ, ਤੂੰ ਨਹੀਂ ਜਾਣਦਾ ਮੈਂ ਬੱਚੀ ਕੋ ਨਹੀਂ ਮਰੇਨਾ, ਮੈਂ ਹੁਸੈਨ ਕੋ ਮਰੇਨਾ ਹਾਂ। ਬਸ ਸ਼ਰੀਫੋ, ਅਕਬਰ ਦੀ ਸ਼ਾਦੀ ਦੇ ਜ਼ੇਵਰ ਪਾ ਕੇ ਅਕਬਰ ਦੇ ਪਾਲੇ ਨਾਲ ਹੀ ਮਾਂ ਕਮੀਨੇ ਜ਼ੇਵਰ ਦਿੱਤੇ ਸਜਾਦ ਪਵਾਏ ਨਾ। ਬੀਬੀ ਆਉਂਦੀ ਸਜਾਦ ਹੱਜਤ, ਮੈਂ ਬਿਰਾ ਦੀ ਲਾਸ਼ 'ਤੇ ਨਹੀਂ ਗਈ, ਮੈਂ ਬਿਰਾ ਦੀ ਲਾਸ਼ 'ਤੇ ਵਿੱਚ ਸਾਂ ਵਹਿਣ ਕਰੇ ਸਾਂ। ਅੰਮਾ ਕਮੀਨਾ ਇਜਾਜ਼ਤ ਨਹੀਂ ਦਿੰਦਾ। ਬੀਬੀ ਆਉਂਦੀ ਸਜਾਦ, ਤੂੰ ਇਮਾਂ ਮੇਮੇ ਕੋਈ ਇਜਾਜ਼ਤ ਦੇ, ਮੈਂ ਦੇਖਦੀ ਹਾਂ ਕਿਵੇਂ ਨਹੀਂ ਵੰਜਣ ਦਿੰਦਾ। ਮਕਤਲ 'ਚ ਮਿਲਦਾ ਕਿਤਾਬਾਂ ਪੜ੍ਹ ਕੇ ਦੇਖੋ, ਬੀਬੀ ਸੱਡ ਮਾਰੀ ਆ ਮਸੂਮਾ, ਛੀ ਪੁੱਫੀ ਅੰਮਾ ਨਾ ਮੇਰੇ ਕਰੀਬ, ਮੈਂ ਦਵਾ ਮੰਗਦੀ ਹਾਂ ਤੂੰ ਆਮੀ ਨਾਖ। ਬੀਬੀ ਦਵਾ ਦੇ ਹੱਥ ਬੁਲੰਦ ਕੀਤੇ, ਜ਼ਾਲਮ ਹੀ ਦੇ ਕੇ ਆਉਂਦਾ ਕਿਆ ਸਜਾਦ ਕਰ ਬਲਾ 'ਚ ਕਿ ਕਿਆਮਤ ਨਹੀਂ ਪਈ ਆਉਂਦੀ। ਰੱਤ ਵੱਧ ਗਈ, ਰੋ ਕੇ ਆਉਂਦਾ ਕਿਆਮਤ ਨਹੀਂ ਮੇਰੀ ਪੁੱਫੀ ਲਾਸ਼ 'ਤੇ ਵੰਜਣ ਦਾ ਇੰਤਜ਼ਾਮ ਕਰੇਂਦੀ। ਕਮੀਨਾ ਆਉਂਦਾ ਇੱਕ ਇੱਕ ਵਹਿਣ ਦੀ ਇਜਾਜ਼ਤ ਦੇਣਾ। ਸ਼ਰੀਫੋ, ਜਿਹੜੇ ਆਜ਼ਾਦਾਰ ਮਕਾਨੀ ਬਣ ਕੇ ਆਇਓ, ਮਕਤਲ 'ਚ ਆ ਖੜੀਏ, ਸੱਜੇ ਅਤੇ ਖੱਬੇ ਡਿੱਠਣ, ਅੱਖਾਂ ਵਸ ਪਈਆਂ ਨੇ, ਰੋ ਕੇ ਆਉਂਦੀ ਅੰਮਾ ਫਿਜ਼ਾ ਲੱਥਾਂ 'ਤੇ ਥਾਂ ਆਈ, ਮੇਰੇ ਕੋ ਵਿਰਾ ਨਜ਼ਰ ਨਹੀਂ ਆਉਂਦਾ। ਮਰਵੰਜਾ ਵੈਨ ਨਾ ਪੜਹਾ, ਅੱਖਾਂ ਵਸ ਪਈਆਂ, ਬੇਬੇ ਉੱਚਾ ਵੈਨ ਕਰਕੇ ਰੁਨੀਏ, ਮੈਂ ਟੋਰਾ ਮੇਰੇ ਕੋ ਵਿਰਾ ਮਿਲ ਗਏ ਨਾ, ਜਿਨ੍ਹਾਂ ਬੰਦਾ ਮਾਤਮ ਕਰਨਾ ਇਸ਼ਾਰਾ ਮੈਂ ਕਰਨਾ ਸਰ ਚਾਵਿਆ, ਹਰ ਬੰਦਾ ਮਕਾਨੀ ਇਬਾਦਤ ਕਰੇ ਸੀ ਆ। ਓ ਜਵਾਨੋ ਮੈਂਬਰ ਰਸੂਲ ਦੀ ਕਸਮ ਹੈ, ਜਦਾਂ ਬਿਰਾ ਦੀ ਲਾਸ਼ 'ਤੇ ਆਈਏ, ਮੇਰੀ ਸੈਨ ਦੇ ਹੱਥ ਰੁੱਧੇ ਹੋਇਆ ਨ, ਪੱਥਰਾਂ ਦਾ ਢੇਰ ਹੀ ਜਾਂ ਕੂਣੀਆਂ ਦੇ ਨਾਲ ਬਿਰਾ ਦੀ ਲਾਸ਼ 'ਤੇ ਪੱਥਰ ਹਟਾਏ ਨ, ਅਕਲ ਮਾਰ ਕੇ ਆਉਂਦੀ ਸੋਹਣੀ ਜ਼ਬਾਨ ਦੇ ਨਾਲ ਦੱਸਾ ਅਕਬਰ ਦਾ ਬਾਬਾ ਤੂੰ ਵੇ। ਨੌਕਰਾਂ ਨੌਕਰਾਂ ਕਰ ਲੈ ਤਿਆਰੀ, ਜਿਹੜਾ ਬੰਦਾ ਮਾਤਮ ਕਰਨਾ ਜ਼ਿੰਦਗੀ ਦਾ ਪਤਾ ਨਹੀਂ। ਬਿਆ ਵੈਨ ਕਰਕੇ ਰੁਨੀਏ ਤੇ ਰੋ ਕੇ ਆਉਂਦੀ ਸੋਹਣੀ ਜ਼ਬਾਨ ਦੇ ਨਾਲ ਦੱਸਾ ਮੁਹੰਮਦ ਦੀ ਮੋਹਰ ਦਾ ਸਵਾਰ ਹੁਸੈਨ ਤੂੰ ਵੇ। ਉਹ ਮਾਤਮੀਓ ਵਤਨ ਵਾਲਿਓ ਕਦਰਦਾਨੋ ਮੈਂਬਰ ਰਸੂਲ ਦੀ ਕਸਮ ਏ, ਜਾ ਬਿਆ ਵੈਨ ਕੀਤੇ ਤੇ ਰੋ ਕੇ ਆਉਂਦੀ ਸੋਹਣੀ ਜ਼ਬਾਨ ਦੇ ਨਾਲ ਦੱਸਾ ਮਦੀਨੇ ਵਾਲਾ ਹੁਸੈਨ ਤੂੰ ਵੇ। ਅੱਲਾ ਗਵਾਏ ਮੇਰੇ ਇਮਾਮ ਨੂੰ ਆਪਣੀ ਭੁੱਲ ਗਈ ਏ, ਚੱਪ ਕੱਪਿਆ ਗੱਲ ਚ ਆਵਾਜ਼ ਆਉਂਦੀ ਏ ਅੱਲਾ ਦਾ ਨਾਏ ਮੈਂ ਕੁਵੇ ਦਸਾ ਕਿਆ ਲੀ ਦਿੱਤੀ ਜ਼ੈਨਬ ਤੂੰ ਏ ਆ ਮੈਂ ਆ ਚਵਾਨਾ ਮੇਰੇ ਇਮਾਮ ਦੀ ਰਾਤ ਵਧੀਏ। ਰੋ ਕੇ ਆਉਂਦੀ ਅੰਮਾ ਇੱਕ ਬਿਆ ਵੈਨ ਜਾਂ ਬੀਬੀ ਕੀਤਾ ਨ, ਹਕਲ ਮਾਰ ਕੇ ਆਉਂਦੀ ਸੋਹਣੀ ਜ਼ਬਾਨ ਦੇ ਨਾਲ ਦੱਸਾ ਤੇਰੀ ਪੰਜਵੀਂ ਅੰਗਲ ਕਿਨ ਗਈ ਈ ਚਵਾਨਾ ਜਾਂ ਆਪਣੀ ਅੰਗਲ ਭੁੱਲ ਗਈ ਈ ਭੈਣ ਦੇ ਪਾਸੇ ਡਿੱਟਾ ਨ, ਵੈਨ ਕਰ ਕਰ ਨੈ ਰੋ ਕੇ ਆਉਂਦਾ ਮੈਂ ਕੁਏ ਦਸਾ ਤੇਰੀ ਚਾਦਰ ਕਿਨ ਗਈ ਈ। ਉਹ ਮਾਤਮੀ ਉਹ ਕਦਰਦਾਨ ਹੋਏ ਤੋਂ ਵੱਡਾ ਗੁਰਬਾ ਦਾ ਜੁਮਲਾ ਤਾਂ ਨਹੀਂ, ਇੱਥਾਂ ਹੀ ਬਜ਼ੁਰਗ ਵੈਨ ਪੜਦਾ ਰਹਿੰਦੇ ਨੇ ਮੇਰੀ ਆਲੀ ਹਸੈਨ ਉੱਚਾ ਵੈਨ ਕਰ ਕਰ ਉਨੀਏ ਗਰਦਨ ਦਾ ਵੀਰਨ ਬੰਦ ਨਹੀਂ ਥਿਆ ਚਾਇਕ ਦਸਤਾਫਾ ਜਦਾ ਗਿਨ ਕੇ ਵੋਇਆ ਛਿਬਰ ਗਿਆ ਮਿਚ ਗਿਆ ਅਲਾ ਲਾਨਤ ਲਾਲ ਕੁਮਲ ਕਾਜ਼ਮ ਨਸਜਾ ਲਾ।